ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰਿਆਂ ਦੇ? ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਡੀਆਂ ਦੁਆਵਾਂ, ਤੁਹਾਡੇ ਪਿਆਰ ਦੇ ਸਦਕਾ ਅਸੀਂ ਦੋਨੋਂ ਬਿਲਕੁਲ ਠੀਕ ਹਾਂ। ਅਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਸਾਡੇ ਨਾਲ ਨਵੇਂ ਸਬਸਕ੍ਰਾਈਬਰ ਜੁੜੇ ਨੇ, ਆਪਣੀ ਇੱਕ ਦੁਬਈ ਸੀਰੀਜ਼ ਜਿਹੜੀ ਆਪਾਂ ਬਣਾਈ ਸੀ, ਦੁਬਈ ਦੀ ਸਾਰੀ ਟਰੈਵਲ ਪਲੈਨ ਸੀ ਵੀ ਆਪਾਂ ਕਿੰਨੇ ਦਾ ਵੀਜ਼ਾ ਲਗਵਾਇਆ, ਕਿੰਨੇ ਦੀ ਟਿਕਟਸ ਲਿੱਤੀਆਂ, ਕਿੱਥੇ ਕਿੱਥੇ ਘੁੰਮੇ, ਕਿੰਨੇ ਕਿੰਨੇ ਪ੍ਰਾਈਜ਼ਿੰਗ ਆ, ਸਾਰੀ ਡਿਟੇਲ ਦੇ ਵਿੱਚ ਦੁਬਈ ਟ੍ਰਿਪ ਬਣਾਈ ਹੋਈ ਹੈ। ਦੁਬਈ ਸੀਰੀਜ਼ ਹੈ, ਤੁਸੀਂ ਦ ਹੈਪੀਐਸਟ ਕਪਲ ਚੈਨਲ ਖੋਲ੍ਹ ਕੇ ਉਹਦੇ ਵਿੱਚ ਪਲੇਲਿਸਟ ਖੋਲ ਲਿਓ, ਪਲੇਲਿਸਟ ਵਿੱਚ ਦੁਬਈ ਸੀਰੀਜ਼ ਹੋਏਗੀ। 8-10 ਵੀਡੀਓਜ਼ ਨੇ, ਤੁਸੀਂ ਉਹ ਜ਼ਰੂਰ ਦੇਖੋ ਅਤੇ ਉਹਨੂੰ ਇੰਜੋਏ ਕਰੋ ਅਤੇ ਦੱਸਣਾ ਕਿਵੇਂ ਲੱਗੀ, ਕਮੈਂਟ ਵੀ ਕਰਨਾ। ਅਤੇ ਹੁਣ ਮੈਂ ਚੱਲਿਆ ਰਾਜਪੁਰੇ ਕਿਸੇ ਡਾਕਟਰ ਕੋਲ, ਉਹਦੇ ਲਈ ਕੋਈ ਕਾਰਨ ਹੈ ਖਾਸ। ਜਿਵੇਂ ਕਿ ਤੁਹਾਨੂੰ ਪਤਾ ਕਿ ਕਿਰਨ ਨੇ ਬੀੜਾ ਚੱਕ ਰੱਖਿਆ ਮੈਨੂੰ ਪਤਲੇ ਕਰਨ ਦਾ, ਔਰ ਮੈਂ ਵੀ ਪੂਰੀ ਹਿੰਮਤ ਕਰ ਰਿਹਾ, ਮਿਹਨਤ ਕਰ ਰਿਹਾ ਪਤਲੇ ਹੋਣ ਦੀ। ਅਤੇ ਉਹਦੇ 'ਚ ਕੀ ਹੈ, ਮੈਂ ਇੱਕ ਡਾਇਟੀਸ਼ੀਅਨ ਤੋਂ ਡਾਇਟ ਪਲੈਨ ਲਿੱਤਾ ਸੀ ਅਤੇ ਔਨਲਾਈਨ ਹੀ ਕੰਸਲਟ ਕੀਤਾ ਸੀ ਕਿਸੇ ਨਾਲ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਪਹਿਲਾਂ ਤੁਸੀਂ ਆਪਣੀ ਇੱਕ ਪ੍ਰਿਵੈਂਟਿਵ ਹੈਲਥ ਚੈੱਕਅਪ ਕਰਾ ਲਓ, ਪਤਾ ਲੱਗ ਜਾਏਗਾ। ਕਿਉਂਕਿ ਬਾਹਰੋਂ ਦੇਖ ਕੇ ਤਾਂ ਪਤਾ ਲੱਗਦਾ ਵੀ ਬੰਦਾ ਮੋਟਾ ਤਗੜਾ ਹੈਗਾ, ਅੰਦਰੋਂ ਵੀ ਥੋੜ੍ਹਾ ਪਤਾ ਲੱਗ ਜਾਊਗਾ ਕੋਲੈਸਟਰੋਲ ਲੈਵਲ ਜਾਂ ਹੋਰ ਚੀਜ਼ਾਂ ਯੇ ਵੋ, ਹੈ ਨਾ। ਤਾਂ ਮੈਂ ਇੱਕ ਹੈਲਥ ਚੈੱਕਅਪ ਕਰਵਾਇਆ ਸੀ, ਉਹਦੇ ਵਿੱਚ ਮੇਰਾ ਥੋੜ੍ਹਾ ਜਿਹਾ ਮਾਮੂਲੀ ਜਿਹਾ ਬੋਰਡਰ ਲਾਈਨ ਦੇ ਉੱਪਰ ਮੇਰਾ ਕੋਲੈਸਟਰੋਲ ਵਧਿਆ ਹੋਇਆ ਔਰ ਥੋੜ੍ਹਾ ਜਿਹਾ ਯੂਰਿਕ ਐਸਿਡ ਵਧਿਆ ਹੋਇਆ। ਅਤੇ ਮੈਨੂੰ ਲੱਗਿਆ ਔਰ ਕਿਰਨ ਨੂੰ ਵੀ ਲੱਗਿਆ ਵੀ ਆਪਾਂ ਕਿਉਂ ਵਧਣ ਦਈਏ ਇਸ ਚੀਜ਼ ਨੂੰ, ਕਿਉਂਕਿ ਅਗਰ ਮੋਟਾਪਾ ਹੈ, ਮੋਟਾਪੇ ਕਰਕੇ ਕੋਲੈਸਟਰੋਲ ਅਤੇ ਓਬਵੀਅਸਲੀ ਯੂਰਿਕ ਐਸਿਡ ਤਾਂ ਵਧੂਗਾ ਹੀ ਵਧੂਗਾ। ਅਤੇ ਰਾਜਪੁਰੇ ਜਿਹੜੇ ਕਿਰਨ ਦੇ ਫੇਵਰੇਟ ਡਾਕਟਰ ਨੇ, ਡਾਕਟਰ ਸ਼ਾਮ ਸਿੰਘ, ਆਪਾਂ ਉਹਨਾਂ ਕੋਲ ਚੱਲੇ ਹਾਂ। ਮੈਂ ਚਾਹੁੰਦਾ ਕਿ ਕੋਲੈਸਟਰੋਲ ਨੂੰ ਆਪਾਂ ਇੱਥੇ ਹੀ ਰੋਕ ਦਈਏ, ਅੱਗੇ ਵਧਣ ਨਾ ਦਈਏ, ਅਤੇ ਯੂਰਿਕ ਐਸਿਡ ਦੀ ਵੀ ਆਪਾਂ ਉਹਨਾਂ ਤੋਂ ਟ੍ਰੀਟਮੈਂਟ ਲੈ ਲੈਂਦੇ ਹਾਂ। ਜਦਕਿ ਜਿਹੜੇ ਡਾਇਟੀਸ਼ੀਅਨ ਨੇ, ਉਹਨਾਂ ਦਾ ਮੈਨੂੰ ਕਿਹਾ ਵੀ ਇਹ ਡਾਇਟ ਨਾਲ ਹੀ ਠੀਕ ਹੋ ਜਾਏਗਾ, ਤੁਹਾਨੂੰ ਲੋੜ ਹੀ ਨਹੀਂ, ਹੈ ਨਾ, ਵਾਕ ਕਰੋ, ਯੇ ਕਰੋ, ਵੋ ਕਰੋ। ਉਹ ਤਾਂ ਚਲੋ ਮੈਂ ਕਰਨੀ ਆ, ਲੇਕਿਨ ਮੈਂ ਚਾਹੁੰਦਾ ਫਿਰ ਵੀ ਇੱਕ ਸੀਨੀਅਰ MD ਡਾਕਟਰ ਤੋਂ ਕੰਸਲਟ ਕਰ ਲੈਣਾ ਚਾਹੀਦਾ ਇਸ ਚੀਜ਼ ਬਾਰੇ, ਕਿਉਂਕਿ ਇਹ ਇਸ ਚੀਜ਼ ਦਾ ਰਿਸਕ ਨਹੀਂ ਲੈ ਸਕਦੇ ਆਪਾਂ, ਹੈ ਨਾ। ਜੇ ਥੋੜ੍ਹਾ ਬਹੁਤਾ ਵੀ ਬੋਰਡਰ ਲਾਈਨ ਵੀ ਹੈਗਾ, ਬੋਰਡਰ ਲਾਈਨ ਹੈ ਥੋੜ੍ਹਾ ਜਿਹਾ, ਇੱਕ ਹੁੰਦਾ ਹਾਈ, ਇੱਕ ਹੁੰਦਾ ਵੈਰੀ ਹਾਈ, ਆਪਣਾ ਬੋਰਡਰ ਲਾਈਨ ਦੇ ਉੱਪਰ ਹੈ ਕੋਲੈਸਟਰੋਲ, ਅਤੇ ਇਹਨੂੰ ਚੈੱਕ ਕਰਾ ਲੈਣਾ ਚਾਹੀਦਾ। ਅਤੇ ਹੁਣ ਆਪਾਂ ਚੱਲੇ ਹਾਂ ਰਾਜਪੁਰੇ। ਬਿਮਾਰਾਂ ਵਾਲਾ, ਪਰ ਇਹ ਬਿਮਾਰਾਂ ਵਾਲਾ ਨਹੀਂ ਗਾ, ਇਹ ਪ੍ਰਿਵੈਂਟਿਵ ਹੈ, ਇਹਨੂੰ ਕਹਿ ਸਕਦੇ ਹਾਂ, ਉਹਨੂੰ ਕਹਿ ਦੇ ਨਾ ਜਾਗਰੂਕ ਹੋਣ ਵਾਲਾ ਵਲੋਗ ਹੈ। ਕਿਉਂਕਿ ਆਪਾਂ ਕਦੇ ਮੈਨੂੰ ਨਹੀਂ ਲੱਗਾ ਕਿ ਮੈਂ ਕਦੇ ਪਹਿਲਾਂ ਕਰਾਉਂਦਾ ਹੋਊਗਾ ਚੈੱਕਅਪ ਚੁੱਕਅਪ, ਜੇ ਮੈਂ ਕਦੇ ਨਹੀਂ ਕਰਾਏ, ਉਹ ਤਾਂ ਵੈਸੇ ਹੀ ਕਰਾ ਲਿਆ ਡਾਇਟੀਸ਼ੀਅਨ ਦੇ ਕਹਿਣ 'ਤੇ, ਉਹ ਨਿਕਲਾ ਹੈ ਕੋਲੈਸਟਰੋਲ। ਵੈਸੇ ਤੁਹਾਨੂੰ ਵੀ ਸਾਰਿਆਂ ਨੂੰ ਆਪਣਾ ਪ੍ਰਿਵੈਂਟਿਵ ਵੈਸੇ ਚੈੱਕ ਕਰਨ ਵਾਸਤੇ ਅੰਦਰ ਆਪਣੇ ਕੀ ਚੱਲ ਰਿਹਾ ਸਰੀਰ ਦੇ ਅੰਦਰ ਹੈਲਥ ਚੈੱਕਅਪ ਕਰਾ ਲੈਣਾ ਚਾਹੀਦਾ। ਕਦੇ ਕਦੇ ਡਰ ਵੀ ਲੱਗਣ ਲੱਗ ਜਾਂਦਾ ਵੀ ਰਹਿਣ ਦੇ, ਸਾਡੇ ਬਾਰੇ ਕੀ ਪਤਾ ਕੁਛ ਨਿਕਲ ਹੀ ਆਏ, ਜਿੱਦਾਂ ਮੇਰੇ ਨਾਲ ਹੋਇਆ, ਮੈਂ ਡਰਦਾ ਕਰਾਉਂਦਾ ਨਹੀਂ ਸੀ, ਪਰ ਜ਼ਰੂਰੀ ਹੈ। ਵੈਸੇ ਮੈਨੂੰ ਕੋਈ ਤਕਲੀਫ ਨਹੀਂ ਹੋ ਰਹੀ, ਐਸ ਸੱਚ ਮੈਨੂੰ ਜਿਵੇਂ ਕਹਿੰਦਾ ਕੁਛ ਹੋ ਰਿਹਾ, ਇੱਦਾਂ ਕੁਛ ਨਹੀਂ ਹੋ ਰਿਹਾ, ਪ੍ਰਿਵੈਂਟਿਵ ਹੈ। ਚੱਲੇ ਹਾਂ, ਚਾਬੀ ਚੱਕ ਲਈ ਤੁਸੀਂ ਗੱਡੀ ਦੀ? ਟੀਚਰ, ਮੇਰੇ ਟੀਚਰ ਨੇ ਵੀ ਆਉਣਾ, ਗਿਟਾਰ ਦੀ ਕਲਾਸਿਸ ਨੇ, ਸਰ ਨੇ ਆਉਣਾ। ਆਪਾਂ ਫਿਰ ਪੂਰੇ 5 ਵਜੇ ਨਿਕਲਦੇ ਹਾਂ ਕਿਰਨ, 5 ਵੱਜਣ ਵਾਲੇ ਹੈ, 2 ਮਿੰਟ ਬਹਿ ਜਾਂਦੇ ਹਾਂ ਔਰ ਫਿਰ ਹੀ ਚੱਲਦੇ ਹਾਂ। ਅਤੇ ਹੁਣ ਸਰ ਨੇ ਆਉਣਾ, ਪਹਿਲਾਂ ਆਪਾਂ ਸਰ ਦੀ ਵੇਟ ਕਰ ਲਈਏ ਥੋੜ੍ਹੀ ਦੇਰ, ਫਿਰ ਚੱਲਦੇ ਹਾਂ ਰਾਜਪੁਰੇ, ਨਾਲ ਗੱਪਾਂ ਛੱਪਾਂ ਮਾਰਾਂਗੇ, ਨਾਲ ਘੁੰਮ ਫਿਰ ਕੇ ਆਵਾਂਗੇ ਰਾਜਪੁਰੇ। ਹੁਣ ਕਿਰਨ ਦੱਸਣ ਕਿ ਮੇਰੇ ਅਸਲੀ ਡਾਇਟੀਸ਼ੀਅਨ ਤਾਂ ਇਹ ਨੇ। ਕੋਈ ਗੱਲ ਨਹੀਂ, ਠੀਕ ਕਰ ਦਾਂਗੇ ਆਪਾਂ, ਚੱਕ ਲਓ ਵੀ ਵੱਡੇ ਟੈਨਸ਼ਨ ਵਾਲੀ ਗੱਲ ਥੋੜ੍ਹੀ ਹੈਗੀ। ਠੀਕ ਨਾ, ਵੈਸੇ ਮੈਂ ਬਿਮਾਰ ਤਾਂ ਹੈ ਨੀਗਾ, ਠੀਕ ਕਿਉਂ ਮੈਨੂੰ ਕਰਨਾ? ਪਰ ਉਹੀ ਹੈ ਨਾ, ਤੁਸੀਂ ਕਦੇ ਵੀ ਆਪਣਾ ਟੈਸਟ ਨਹੀਂ ਕਰਵਾਉਂਦੇ। ਮੈਂ ਆਪਣੇ ਮੈਨੂੰ ਜਿਵੇਂ ਕਈ ਵਾਰੀ ਟਾਈਫਾਇਡ ਫੀਵਰ ਹੁੰਦਾ ਵਾ ਜਾਂ ਕਈ ਵਾਰੀ ਕੋਈ ਹੋਰ ਪ੍ਰੋਬਲਮ ਹੁੰਦੀ ਆ, ਤਾਂ ਮੈਂ ਆਪਣੇ ਟੈਸਟ ਕਰਵਾ ਲੈਂਦੀ ਹਾਂ ਸਾਰੇ ਇੱਕ ਵਾਰੀ ਬੋਡੀ ਦੇ, ਅਤੇ ਪਤਾ ਲੱਗ ਜਾਂਦਾ। ਮੈਂ ਤਾਂ ਹਰ ਸਾਲ 'ਚ ਮੈਨੂੰ ਲੱਗਦਾ ਮੈਂ ਕਰਵਾ ਹੀ ਲੈਂਦੀ ਹਾਂ, ਪਰ ਤੁਸੀਂ ਮੈਨੂੰ ਲੱਗਦਾ ਇੱਕ ਵਾਰੀ ਵੀ ਟੈਸਟ ਨਹੀਂ ਕਰਵਾਇਆ ਆਪਣੀ ਬੋਡੀ ਦਾ। ਪਰ ਆਪਾਂ ਨੂੰ ਆਪਣੀ ਬੋਡੀ ਦਾ ਟੈਸਟ ਕਰਵਾਉਣਾ ਚਾਹੀਦਾ। ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਪਰ ਫਿਰ ਵੀ ਆਪਣਾ ਟੈਸਟ, ਹੁਣ ਜਿਵੇਂ ਸ਼ਿਪੀ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਪਰ ਇਹਨਾਂ ਨੇ ਆਪਣੀ ਬੋਡੀ ਦਾ ਟੈਸਟ ਕਰਵਾਇਆ ਅਤੇ ਯੂਰਿਕ ਐਸਿਡ, ਕੋਲੈਸਟਰੋਲ, ਇਹ ਚੀਜ਼ਾਂ ਦੀ ਪ੍ਰੋਬਲਮ ਹੋ ਗਈ। ਇਹ ਵੈਸੇ ਇਹ ਮੇਨ ਕਾਰਨ ਇਹ ਵੀ ਹੈ, ਜਿਵੇਂ ਤੁਹਾਡਾ BP ਵੀ ਥੋੜ੍ਹਾ ਹਾਈ ਰਹਿੰਦਾ ਵਾ, ਮੋਟਾਪਾ, ਆਪਣੀ ਬੋਡੀ ਦਾ ਜਿਹੜਾ ਮੋਟਾਪਾ ਨਾ, ਇਹ ਹੈ ਮੇਨ ਕਾਰਨ। ਅਤੇ ਕੋਈ ਨਹੀਂ, ਬਾਕੀ ਮੈਡੀਸਨ ਜਾਂ ਡਾਇਟ ਦੇ ਨਾਲ ਸਾਰਾ ਕੁਛ ਠੀਕ ਹੋ ਜਾਓਗੇ। ਵਾਕ ਕਰਿਆ ਕਰਨੀ ਆ ਅਤੇ ਕੱਟੇ ਵੀ ਹੋ ਜਾਓਗੇ। ਢਿੱਡ ਤਾਂ ਚਲੋ ਹੌਲੀ ਹੌਲੀ ਘੱਟਦਾ, ਮੈਂ ਨਹੀਂ ਕਹਿੰਦੀ ਵੀ ਬਹੁਤ ਸਪੀਡ 'ਤੇ ਢਿੱਡ ਘੱਟੇ, ਭਾਵੇਂ ਆਰਾਮ ਨਾਲ ਹੌਲੀ ਹੌਲੀ ਘੱਟੇ, ਪਰ ਵੇਟ ਘੱਟ ਜਾਏਗਾ ਮੇਨਲੀ। ਹਾਂ, ਟਾਈਮ ਲੈ ਲੈ ਕੋਈ ਗੱਲ ਨਹੀਂ। ਮਤਲਬ ਇਹ ਅੱਜ ਮੈਂ ਤੁਹਾਨੂੰ ਆਹੀ ਇਨਫੋਰਮੇਸ਼ਨ ਹੀ ਦਊਂਗਾ ਵੀ ਡਾਕਟਰ ਦੇ ਵੀ ਜਾ ਕੇ ਤੁਹਾਨੂੰ ਦੱਸੂੰਗਾ ਵੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਇਸ ਚੀਜ਼ ਬਾਰੇ। ਜ਼ਰੂਰੀ ਨਹੀਂ ਹੈ ਕਿ ਜੇ ਆਪਾਂ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਵੀ ਆਪਾਂ ਠੀਕ ਹਾਂ। ਪਰਮਾਤਮਾ ਕਰੇ ਤੁਸੀਂ ਸਾਰੇ ਠੀਕ ਹੀ ਰਹੋ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਸਕੇ ਸੰਬੰਧੀ ਸਭ ਠੀਕ ਹੀ ਰਹਿਣ। ਪਰ ਫਿਰ ਵੀ ਨਾ, ਇੱਕ ਮੈਨੂੰ ਜਿਵੇਂ ਕਿਰਨ ਨੇ ਦੱਸਿਆ ਕਿ ਮੈਂ ਕਰਾਉਂਦਾ ਨਹੀਂ ਹੁੰਦਾ ਸੀ, ਔਰ ਇਹਨਾਂ ਨੇ ਪੁੱਛ ਦਿੱਤਾ ਵੀ ਡਾਇਟੀਸ਼ੀਅਨ ਨੇ ਬੋਲਿਆ, ਜਦੋਂ ਡਾਇਟੀਸ਼ੀਅਨ ਵੀ ਬੋਲਿਆ ਨਾ, ਮੈਂ ਕਿਹਾ ਲੈ ਇਹ ਡਾਇਟੀਸ਼ੀਅਨ ਨੂੰ ਕੀ ਪਤਾ ਹੈ ਨਾ, ਇਹਨੇ ਚੈੱਕਅਪ ਕਰਨ ਲਈ ਕਿਹਾ ਤਾਂ ਮੈਨੂੰ, ਮੈਂ ਕਿਸੇ ਹੋਰ ਨੂੰ ਚੈੱਕ ਕਰਾਉਂਦਾ।
ਪਰ ਨਹੀਂ ਕਹਿੰਦੇ ਨਹੀਂ ਕਰਾਉਣਾ, ਆਪਾਂ ਫਿਰ ਕਰਾ ਲਏ ਅਤੇ ਉਹਦੇ ਨਾਲ ਆ ਗਿਆ ਹੈ ਨਾ ਕੋਲੈਸਟ੍ਰੋਲ। ਕਿਰਨ ਨੇ ਵੀ ਆਪਣੇ ਕਰਾਏ, ਕਿਰਨ ਦੇ ਬਿਲਕੁਲ ਪਰਫੈਕਟ ਰਿਪੋਰਟਸ ਨੇ, ਔਰ ਇਹਨਾਂ ਨੇ ਵੀ ਮੇਰੇ ਨਾਲ ਨਾਲ ਆਪਣਾ ਕਰਾ ਲਿਆ। ਮੇਰੇ ਥੋੜ੍ਹਾ ਜਿਹਾ ਤਿਵ ਦੱਸਿਆ ਹੈਗਾ ਤੁਹਾਨੂੰ, ਹੈ ਨਾ। ਹੁਣ ਇਹਨੂੰ ਘਟਾਉਣ ਦੇ ਤਰੀਕੇ ਵੀ ਤੁਹਾਨੂੰ ਮੈਂ ਦੱਸੂਗਾ, ਕੋਲੈਸਟ੍ਰੋਲ ਘਟਾਉਣ ਦੇ ਤਰੀਕੇ ਜਾਂ ਯੂਰਿਕ ਐਸਿਡ ਘਟਾਉਣ ਦੇ ਤਰੀਕੇ ਜੋ ਮੈਨੂੰ ਡਾਕਟਰ ਦੱਸਣਗੇ, ਜਾਂ ਮੈਨੂੰ ਜੋ ਡਾਇਟੀਸ਼ੀਅਨ ਨੇ ਮੈਨੂੰ ਡਾਇਟ ਦਿੱਤੀ ਹੈ ਉਹ ਮੈਂ ਡਾਇਟ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ, ਕਿਉਂਕਿ ਡਾਇਟੀਸ਼ੀਅਨਸ ਦੀ ਡਾਇਟ ਥੋੜ੍ਹੀ ਜਿਹੀ ਮਹਿੰਗੀ ਹੁੰਦੀ ਹੈ, ਕੋਸਟਲੀ ਹੁੰਦੀ ਹੈ। ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਵੀ ਤੁਹਾਨੂੰ ਲੋੜ ਨਾ ਪਵੇ ਡਾਇਟੀਸ਼ੀਅਨ ਦੀ, ਉਸੇ ਨਾਲ ਚੱਲ ਜਾਏ ਕੰਮ। ਵੈਸੇ ਕਿਰਨ ਮੇਰੇ ਹਿਸਾਬ ਨਾਲ ਬੋਡੀ ਟੂ ਬੋਡੀ ਵੀ ਫਰਕ ਪੈਂਦਾ ਹੋਣਾ ਨਾ ਡਾਇਟੀਸ਼ੀਅਨ ਦਾ, ਬੋਡੀ ਟੂ ਬੋਡੀ। ਹਾਂ ਵੈਸੇ ਬੋਡੀ ਚੈੱਕਅਪ ਕਰਕੇ ਹੀ ਉਹਨੂੰ ਡਾਇਟ ਦਿੰਦੇ ਆ, ਪਰ ਮੈਂ ਮੋਟੀ ਮੋਟੀ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗਾ ਜਿਹੜੀ ਤੁਸੀਂ ਨੋਰਮਲ ਰੂਟੀਨ ਵਿੱਚ ਆਪਣੀ ਲੈ ਸਕਦੇ ਹੋ ਕਿ ਨਹੀਂ, ਰਾਈਟ। ਉਹ ਤਾਂ ਕੋਈ ਵੀ ਲੈ ਸਕਦਾ, ਜਿਹੜੀ ਮੈਂ ਡਾਇਟ ਤੁਹਾਨੂੰ ਸ਼ੇਅਰ ਕਰੂੰਗਾ ਤੁਸੀਂ ਲੈ ਲਿਓ, ਹੈ ਨਾ, ਜੋ ਮੈਨੂੰ ਦੱਸੀ ਗਈ ਹੈ ਪ੍ਰੋਪਰਲੀ। ਤੁਰ ਪਏ ਜੀ ਰਾਜਪੁਰੇ ਨੂੰ, ਵਧੀਆ ਲੱਗ ਰਿਹਾ ਜਾਣਾ ਕਿਉਂਕਿ ਸ਼ਾਮ ਦਾ ਟਾਈਮ ਹੈ। ਆਹ ਜਿਹੜੀ ਸੜਕ ਦੇਖ ਰਹੇ ਹੋ ਤੁਸੀਂ, ਪਹਿਲਾਂ ਇਹ ਸਿੰਗਲ ਰੋਡ ਹੁੰਦੀ ਸੀ, ਹੁਣ ਇਹ ਡਬਲ ਹੋ ਗਈ ਹੈ। ਰਾਜਪੁਰੇ ਤੋਂ ਮਤਲਬ ਇੱਧਰੋਂ ਚੰਡੀਗੜ੍ਹ ਤੋਂ ਸਿੱਧੀ ਇਹ ਜਾਂਦੀ ਹੈ ਜੀ ਬਠਿੰਡੇ ਨੂੰ, ਅਤੇ ਇਹ ਪਹਿਲਾਂ ਸਿੰਗਲ ਹੋਣ ਕਰਕੇ ਕਾਫੀ ਰਸ਼ ਟ੍ਰੈਫਿਕ ਹੁੰਦੀ ਸੀ। ਹੁਣ ਆਪਾਂ ਤਕਰੀਬਨ 1.5 ਘੰਟੇ 'ਚ ਮੋਹਾਲੀ ਤੋਂ ਰਾਜਪੁਰੇ ਪਹੁੰਚ ਜਾਈਦਾ, ਅਤੇ ਕਿਉਂਕਿ ਸਾਫ਼ ਸੁਥਰੀ ਸੜਕ, ਕੋਈ ਟ੍ਰੈਫਿਕ ਨਹੀਂ, ਇਹ ਫਾਇਦਾ ਹੋ ਗਿਆ। ਬਸ ਜਿਹੜੀ ਟ੍ਰੈਫਿਕ ਮਿਲਣੀ ਆਪਾਂ ਨੂੰ ਰਾਜਪੁਰੇ ਦੇ ਵਿੱਚ ਜਾ ਕੇ ਮਿਲਣੀ ਹੈ, ਜਾਂ ਮੋਹਾਲੀ ਦੇ ਅੰਦਰ ਲਾਈਟਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਤਾਂ ਕਰਕੇ ਆਪਾਂ ਨੂੰ ਮੋਹਾਲੀ ਦੇ ਵਿੱਚ ਟ੍ਰੈਫਿਕ ਥੋੜ੍ਹੀ, ਮੋਹਾਲੀ ਤੋਂ ਨਿਕਲਣਾ ਥੋੜ੍ਹਾ ਜਿਹਾ ਟੱਫ ਹੋ ਜਾਂਦਾ ਕਿਉਂਕਿ ਲਾਈਟਾਂ ਬਹੁਤ ਨੇ। ਸ਼ਾਮ ਦਾ ਵੇਲਾ ਆਫਿਸ ਟਾਈਮਿੰਗ ਹੁੰਦੀ ਹੈ, ਸਾਰੇ ਵਾਪਸ ਆ ਰਹੇ ਹੁੰਦੇ ਨੇ, ਅਤੇ ਇੱਕ ਰਾਜਪੁਰੇ ਦੇ ਅੰਦਰ ਜਾ ਕੇ। ਬਾਕੀ ਜਿਹੜਾ ਰੂਟ ਹੈ, ਰੂਟ ਦਾ ਬੜਾ ਮੱਖਣ ਵਰਗਾ, ਬੜੇ ਆਰਾਮ ਨਾਲ ਆਪਾਂ ਪਹੁੰਚ ਜਾਂਦੇ ਹਾਂ। ਕੁਛ ਨਹੀਂ ਕਰਨਾ, ਭੁੱਕੇ ਭੁੱਕੇ ਮਾਰਨਾ, ਓਟਸ ਤਾਂ ਖਵਾਓ ਗਈ, ਘਰ ਜਾ ਕੇ ਖਾਵਾਂਗੇ ਨਾ। ਨਹੀਂ ਬਾਹਰੋਂ ਤਾਂ ਮੈਂ ਵੀ ਨਹੀਂ ਕੁਛ ਕਹਿ ਰਿਹਾ, ਮੈਨੂੰ ਖਵਾਓ, ਘਰ ਜਾ ਕੇ ਖਾਵਾਂਗੇ। ਬਿਲਕੁਲ ਸਹੀ, ਬਿਲਕੁਲ ਸਹੀ। ਚਲੋ ਜੀ ਪਹੁੰਚੀ ਰਾਜਪੁਰੇ ਪਹਿਲਾਂ ਡਾਕਟਰ ਦੇ, ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਨੇ। ਡਾਕਟਰ ਸ਼ਾਮ ਹੋਸਪਿਟਲ ਕਿੱਥੇ ਕਹਿ ਰਹੇ ਹੋ? ਉੱਪਰ ਪਤਾ ਨਹੀਂ ਲੱਗਦਾ, ਤਾਂ ਵੈਸੇ ਉੱਪਰ ਹੀ ਹੈ, ਉੱਪਰ ਰਹਿੰਦਾ ਹੋਣਾ। ਪਰ ਇਹ ਕਹਿ ਰਹੇ ਨੇ ਰਿਸੈਪਸ਼ਨ ਵਾਲੇ, ਕਹਿੰਦੇ ਡਾਕਟਰ 10 ਮਿੰਟ ਤੱਕ ਆਉਣਗੇ, ਗਏ ਹੋਏ ਨੇ ਕਿਤੇ ਅੰਦਰ। ਹਿਊਮਸ ਹੀ ਲੱਗ ਰਹੀ ਸੀ ਤਾਂ ਹੀ ਮੈਂ ਬਾਹਰ ਆ ਗਿਆ। ਰਾਜਪੁਰਾ ਦੇਖੋ ਜੀ ਕਿੱਦਾਂ ਦਾ ਲੱਗ ਰਿਹਾ, ਵੇਟ ਕਰਨਾ ਸਹੀ ਗੱਲ ਹੈ ਯਾਰ। ਇੰਨਾ ਚੰਗਾ ਸਭ ਦੱਸ ਦਿੰਦੇ, ਪਹਿਲਾਂ ਮੈਨੂੰ ਕਿਹਾ ਸੀ ਵੀ ਜਲਦੀ ਆ ਜਾਣਗੇ, ਮੈਂ ਫੋਨ ਕਰਕੇ ਪਤਾ ਕੀਤਾ ਸੀ, ਮੈਨੂੰ ਕਹਿੰਦੇ ਸੀ 5 ਵਜੇ ਤੋਂ 7 ਵਜੇ ਤੱਕ ਮਿਲਣਗੇ ਡਾਕਟਰ, ਪਰ ਹੁਣ 6:30 ਹੋਣ ਵਾਲੇ ਨੇ। ਇਹ ਵੀ ਸ਼ੁਕਰ ਹੈ ਮੈਂ ਨੰਬਰ ਲਗਵਾ ਤਾ ਆਪਣਾ, ਜੋ ਵੀ ਹੈ ਉਹਦਾ ਟਾਈਮ ਲੱਗ ਜਾਏਗਾ। ਪਰ ਅੰਦਰ ਹਿਊਮਸ ਹੋਈ ਪਈ, ਏ ਸੀ ਵਗੈਰਾ ਨਹੀਂ ਚੱਲ ਰਿਹਾ ਅੰਦਰ। ਜਿੰਨਾ ਚਿਰ ਡਾਕਟਰ ਨਹੀਂ ਆਇਆ ਅਸੀਂ ਆ ਗਏ ਬਾਜ਼ਾਰ ਦੇ ਵਿੱਚ, ਭੁੱਖ ਲੱਗੀ ਜਾਂਦੀ ਹੈ, ਜੂਸ ਵਗੈਰਾ ਪੀ ਲੈਂਦੇ ਹਾਂ, ਪੌਸ਼ਟਿਕ ਚੀਜ਼ ਹੀ ਪੀਵਾਂਗੇ, ਹਟਦੇ ਨਹੀਂ ਆਪਾਂ। ਆਪਾਂ ਮੈਂ ਢੀਠਾਂ 'ਚ ਜੋ ਕੰਮ ਕਰਨ ਲੱਗ ਜਾਂਦੇ ਆਪਾਂ ਕਿਦਾਂ ਕਰਨ ਹੀ ਲੱਗ ਜਾਂਦੇ ਹਾਂ। ਆਹ ਵੇਖੋ ਰਸ਼ ਰਾਜਪੁਰੇ ਦੇ ਵਿੱਚ, ਇਹ ਮੇਨ ਚੌਂਕ ਹੈ, ਇਹਨੂੰ ਮੇਰੇ ਖਿਆਲ ਟਾਹਲੀ ਵਾਲਾ ਚੌਂਕ ਕਿਹਾ ਜਾਂਦਾ, ਇਹ ਰਾਜਪੁਰੇ ਵਾਲਾ ਮੇਨ ਚੌਂਕ ਹੈ। ਬਹੁਤ ਬਹੁਤ ਜ਼ਿਆਦਾ ਰਸ਼, ਬਾਈ ਬਣਾ ਰਿਹਾ ਜੂਸ। ਅਸੀਂ ਆ ਗਏ, ਮੁੜ ਕੇ ਪਿੱਛੇ ਤਾਂ ਡਾਕਟਰ ਨਾ ਆ ਜੇ, ਮੁੜ ਕੇ ਫਿਰ ਦੇਖਦੇ ਰਹੀਏ ਇੱਧਰ ਉੱਧਰ। ਡਾਕਟਰ ਕਹੇ ਵੀ ਮੈਂ ਤਾਂ 2-3 ਬੰਦੇ ਦੇਖੇ ਨੇ ਚਲਾ ਗਿਆ। ਇਹ ਮੋਹਾਲੀ ਤੋਂ ਮਹਿੰਗਾ ਜੂਸ ਹੈ ਨਾ, ਇਹ 50 ਰੁਪਏ ਦਾ ਗਲਾਸ, ਮੈਨੂੰ ਕਹਿੰਦਾ ਵੱਡਾ ਗਲਾਸ ਹੈ, ਮੈਂ ਨਹੀਂ ਮੰਨਦਾ ਇਹਨੂੰ ਵੱਡਾ, ਪਤਾ ਨਹੀਂ। ਬਾਕੀ ਬਸ ਆਹ ਪ੍ਰੋਬਲਮ ਲੱਗਦੀ ਹੈ ਜੀ ਰਾਜਪੁਰੇ ਦੇ ਵਿੱਚ, ਹੋਰ ਕੋਈ ਪ੍ਰੋਬਲਮ ਨਹੀਂ। ਰਾਜਪੁਰਾ ਉਹ ਸ਼ਹਿਰ ਵਧੀਆ, ਹੁਣ ਦੇਖੋ ਆਹ ਬਾਈ ਨੇ ਵਿੱਚ ਹੀ ਗੱਡੀ ਲਾ ਦਿੱਤੀ ਹੈ, ਪਤਾ ਨਹੀਂ ਕੀ ਕਰੀ। ਦੱਸੋ ਮੇਨ ਹਾਈਵੇ ਥਾਣੇ ਚੱਲ ਜਾਣਾ, ਸਹੀ ਗੱਲ, ਗਲਤ ਕਰ ਲਈ ਆਪਾਂ ਇੱਥੋਂ ਆ ਕੇ। ਆਹ ਦੇਖੋ ਜੀ ਬਹੁਤ ਬਹੁਤ ਔਖਾ ਹੈ ਇੱਧਰੋਂ ਕੰਮ, ਕਿਉਂਕਿ ਰਸਤੇ ਦੇ ਵਿੱਚ ਬੰਦੇ ਗੱਡੀ ਲਾ ਜਾਂਦੇ ਨੇ। ਮੇਨ ਹੈਗਾ ਪਾਰਕਿੰਗ ਇਸ਼ੂ ਤਾਂ ਬਹੁਤ ਜ਼ਿਆਦਾ, ਹੋਰ ਕੋਈ ਗੱਲ ਨਹੀਂ। ਟ੍ਰੈਫਿਕ ਬਹੁਤ ਬਹੁਤ, ਕਿਉਂਕਿ ਸੜਕਾਂ ਛੋਟੀਆਂ ਨੇ, ਟ੍ਰੈਫਿਕ ਜ਼ਿਆਦਾ ਹੈ, ਉਸ ਹਿਸਾਬ ਨਾਲ ਸਿਸਟਮ ਨਹੀਂ ਹੈਗਾ ਇੱਥੇ ਕੋਈ। ਹਾਂ ਬਾਬਾ ਜੀ ਆ ਰਹੇ ਨੇ ਪੈਪ ਲਈ, ਇਹਨਾਂ ਨੇ ਵੀ ਆਉਣਾ ਹੀ ਹੈ, ਕੀ ਕਰਨਾ। ਆ ਜਿਵੇਂ ਆਹ ਗੱਡੀਆਂ ਖੜੀਆਂ ਵਿੱਚ ਹੀ ਕਰ ਜਾਂਦੇ ਨੇ ਸੜਕ ਦੇ ਵਿੱਚ ਘਰ ਹੀ, ਉਹ ਗਲਤ ਹੈ। ਪਰ ਕਰੇ ਕੀ ਬੰਦਾ, ਪਾਰਕਿੰਗ ਵਾਸਤੇ ਹੈ ਹੀ ਨਹੀਂ ਹੈ ਨਾ। ਹੁਣ ਮੰਨ ਲਓ ਅਸੀਂ ਵੀ ਇੱਥੇ ਕੇ ਸ਼ਾਪ ਤੇ ਜਾਣਾ, ਆਪਾਂ ਵੀ ਗੱਡੀ ਲਾਵਾਂਗੇ ਨਾ, ਲਾਣੀ ਪੈਣੀ ਹੈ।
ਕਿਉਂਕਿ ਪਾਰਕਿੰਗ ਵੀ ਨਾ ਹੈਗੀ ਜਮਾ ਵੀ ਪਾਰਕਿੰਗ ਨਾ ਜਿਹੜਾ ਟਾਲੀ ਵਾਲਾ ਚੌਂਕ ਹੈ ਨਾ ਮੈਂ ਸੁਣਿਆ ਕਹਿੰਦੇ ਉੱਥੇ ਪਾਰਕਿੰਗ ਹੈਗੀ ਪਰ ਉੱਥੇ ਵੀ ਫੁੱਲ ਰਹਿੰਦੀ ਕਿ ਛੋਟੀ ਜਿਹੀ ਤਾਂ ਪਾਰਕਿੰਗ ਹੈ ਉੱਥੇ ਵੀ ਆਹ ਦਿੱਕਤ ਹੈ ਜੀ ਬਹੁਤ ਜ਼ਿਆਦਾ ਚਲੋ ਜੀ ਕੋਈ ਨਹੀਂ ਜਿਵੇਂ ਰੱਬ ਨੂੰ ਮਨਜ਼ੂਰ ਆਦਤ ਬਣ ਜਾਂਦੀ ਨਾ ਆਪਾਂ ਜਿੱਥੇ ਆਪਾਂ ਰਹਿੰਦੇ ਹਾਂ ਨਾ ਜਿਹੜੀ ਸਿਟੀ ਦੇ ਉੱਥੋਂ ਦੀ ਆਪਾਂ ਨੂੰ ਆਦਤ ਬਣ ਜਾਂਦੀ ਹੈ ਸੋ ਇਸ ਕਰਕੇ ਹੈ ਨਾ ਆਪਾਂ ਨੂੰ ਥੋੜ੍ਹਾ ਡਿਸਕੰਫਰਟ ਜਿਹਾ ਫੀਲ ਹੁੰਦਾ ਹੈ ਹੋਰ ਕੋਈ ਗੱਲ ਨਹੀਂ ਆਪਾਂ ਵੀ ਪਿੰਡਾਂ ਵਾਲੇ ਹੀ ਰਹਿਣ ਵਾਲੇ ਹਾਂ ਬਟ ਹੁਣ ਆਦਤ ਬਣੀ ਹੋਈ ਹੈ ਮੋਹਾਲੀ ਦੇ ਵਿੱਚ ਰਹਿਣ ਦੀ ਇਸ ਕਰਕੇ ਥੋੜ੍ਹਾ ਡਰ ਜਿਹਾ ਵੀ ਲੱਗਦਾ ਡਰਾਈਵ ਕਰਦੇ ਹੋਏ ਨਾ ਹੋਰ ਸਿਟੀਜ਼ ਵਿੱਚ ਜਾ ਕੇ ਵੀ ਗੱਡੀ ਨਾ ਰਗੜੀ ਜੇ ਇਹ ਨਾ ਹੋ ਜੇ ਕੋਈ ਕਿਸੇ ਨੂੰ ਸੱਟ ਫੇਟ ਨਾ ਲੱਗ ਜੇ ਟ੍ਰੈਫਿਕ ਦੇ ਵਿੱਚ ਖਾਸ ਕਰਕੇ ਇਹ ਰੋਡ ਹੈ ਜਿਹੜੀ ਇਹ ਸਿੰਘ ਸਭਾ ਰੋਡ ਹੈ ਉਹ ਸਾਹਮਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਕੋਲੈਸਟਰੋਲ ਚਲੋ ਬਹੁਤ ਜ਼ਿਆਦਾ ਹਾਈ ਨਹੀਂ ਹੈ ਔਰ ਯੂਰਿਕ ਐਸਿਡ ਵੀ ਬਹੁਤ ਜ਼ਿਆਦਾ ਨਹੀਂ ਹੈ ਫਿਰ ਵੀ ਉਹਨਾਂ ਨੇ ਮੈਨੂੰ 10 ਦਿਨ ਦੀ ਕੋਈ ਇਹਦੇ ਲਈ ਪ੍ਰੀਵੈਂਟਿਵ ਦਵਾਈ ਦਿੱਤੀ ਹੈ ਵੀ ਕਿਵੇਂ ਠੀਕ ਹੋ ਸਕਦਾ ਵੀ ਹੋਰ ਜ਼ਿਆਦਾ ਠੀਕ ਹੋ ਜਾਏ ਹੈ ਨਾ ਲੈ ਲਓ ਮੈਡੀਸਨ ਲੈ ਲਓ ਅਤੇ ਉਹਨਾਂ ਨੇ ਜਿਹੜੀ ਡਾਕਟਰ ਨੇ ਮੈਨੂੰ ਮੇਨ ਗੱਲਾਂ ਦੱਸੀਆਂ ਨੇ ਵੀ ਸਬਜ਼ੀਆਂ ਜ਼ਿਆਦੀਆਂ ਖਾਓ ਹਰੀਆਂ ਸਬਜ਼ੀਆਂ ਅਤੇ ਪਲਸਿਸ ਵਗੈਰਾ ਘੱਟ ਖਾਓ ਖਾਓ ਘੱਟ ਖਾਓ ਹੈ ਨਾ ਅਤੇ ਬਾਕੀ ਆਪਣੀ ਫਰਾਈਡ ਚੀਜ਼ਾਂ ਉਹੀ ਜੋ ਨੋਰਮਲ ਡਾਈਟੀਸ਼ੀਅਨ ਦੱਸਿਆ ਉਹੀ ਚੀਜ਼ਾਂ ਮੈਂ ਡਾਕਟਰ ਨੇ ਦੱਸੀਆਂ ਅਤੇ ਓਕੇ ਆ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸੀ ਡਾਕਟਰ ਨੇ ਵੀ ਕਹਿ ਤਾ ਓਕੇ ਹੈ ਹੁਣ ਚੱਲਿਆ ਮੋਹਾਲੀ ਨੂੰ ਹੱਥ ਲਾਉਣਾ ਹੈ ਜੀ ਡਾਕਟਰ ਕੋਲ ਅਤੇ ਪਹੁੰਚਦੇ ਮੋਹਾਲੀ ਕੱਲ੍ਹ ਆਪਾਂ ਆ ਗਏ ਸੀ ਜੀ ਡਾਕਟਰ ਕੋਲੋਂ ਸਾਰਾ ਕੁਛ ਚੈੱਕ ਚੁੱਕ ਕਰਾ ਕੇ ਓਕੇ ਆ ਕੰਮ ਅਤੇ ਅੱਜ ਇੱਕ ਹੋਰ ਯੂਟਿਊਬ ਚੈਨਲ ਵਾਲੇ ਸਾਡੇ ਕੋਲ ਆ ਰਹੇ ਨੇ ਸਾਡੀ ਇੰਟਰਵਿਊ ਲੈਣ ਵਾਸਤੇ ਮੈਂ ਤਾਂ ਕਿਰਨ ਹੈਰਾਨ ਹੋਈ ਜਾਂਦਾ ਵੀ ਸਾਡੀ ਇੰਟਰਵਿਊ ਲਈ ਜਾਂਦੇ ਨੇ ਹੈ ਨਾ ਵੀ ਕਿਉਂ ਹੈ ਨਾ ਚਲੋ ਸ਼ਾਇਦ ਉਹਨਾਂ ਨੂੰ ਅੱਛਾ ਲੱਗ ਰਿਹਾ ਹੋਏਗਾ ਸਾਡੀ ਜ਼ਿੰਦਗੀ ਦੇ ਉੱਪਰ ਆਧਾਰਿਤ ਚੀਜ਼ਾਂ ਦੇਖਣੀਆਂ ਸਾਡੀ ਸਟਰਗਲ ਦੇਖਣੀ ਸਾਡੀ ਮਿਹਨਤ ਦੇਖਣੀ ਅਤੇ ਇੱਕ ਯੂਟਿਊਬ ਚੈਨਲ ਹੈ ਕਾਫੀ ਪ੍ਰਚਲਿਤ ਚੈਨਲ ਹੈ ਉਹਨਾਂ ਨੇ ਆਉਣਾ ਇੰਟਰਵਿਊ ਲੈਣ ਵਾਸਤੇ ਅਤੇ ਮੈਂ ਆਪਣਾ ਮੈਂ ਕਿਹਾ ਜਲਦੀ ਜਲਦੀ ਕੰਮ ਨਿਬੇੜ ਲਾਂ ਐਡੀਟਿੰਗ ਅਡੂਟਿੰਗ ਕਰਕੇ ਅਪਲੋਡ ਕਰਨਾ ਕਿਉਂਕਿ ਵਲੋਗ ਤੁਸੀਂ ਦੇਖਣਾ ਹੁੰਦਾ ਜਿਹੜਾ ਉਹ ਜਲਦੀ ਅਪਲੋਡ ਵੀ ਕਰਨਾ ਹੁੰਦਾ 11 ਵਜੇ ਆਉਣਾ ਅਤੇ ਉਸ ਤੋਂ ਪਹਿਲਾਂ ਮੈਂ ਕਿਰਨ ਨੂੰ ਕਿਹਾ ਤੁਸੀਂ ਵੀ ਆਪਣਾ ਕੰਮ ਨਿਬੇੜ ਲਓ ਜੋ ਵੀ ਹੈਗਾ ਮਾਰਕੀਟ ਤੋਂ ਥੋੜ੍ਹਾ ਬਹੁਤਾ ਸਮਾਨ ਜੋ ਘਰ ਦਾ ਲਿਆਉਣਾ ਹੈ ਉਹ ਲਿਆਓ ਫਿਰ ਤਿਆਰ ਹੋ ਕੇ ਬਹਿ ਜਾਂਦੇ ਹਾਂ ਇੰਟਰਵਿਊ ਦੇਣੀ ਹੈ ਹੈ ਨਾ ਮੂੰਹ ਮੱਥੇ ਸਵਾਰ ਲਈਏ ਠੀਕ ਹੈ ਜਾਓ ਜਾਓ ਕਿਰਨ ਤੁਸੀਂ ਭੱਜੋ ਮੈਂ ਫਿਰ ਇੰਨਾ ਐਡੀਟਿੰਗ ਕਰ ਲਾਂ ਚੱਕ ਲਿਆ ਦੇਖ ਕੀ ਏ ਕੂਏ ਹੈਂ ਫੇਰ ਹੱਥ 'ਚ ਪੜ ਲਿਆਏ ਠੀਕ ਹੈ ਮੇਰੀ ਗੱਲ ਸੁਣੋ ਉਹਨਾਂ ਦਾ ਫੋਨ ਆਇਆ ਇੰਟਰਵਿਊ ਵਾਲਿਆਂ ਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਬਸ ਅਤੇ ਫਟਾ ਕਿਉਂ ਨਾ ਕਮਾ ਹੁਣ ਇੱਦਾਂ ਫਿਰ 10:15 ਹੋ ਗਏ ਨੇ ਫਟਾਫਟ ਹੋ ਜਾਓ ਤਿਆਰ ਇੰਟਰਵਿਊਜ਼ ਦੇ ਜੋ ਟੈਕਨੀਕਸ ਵਧੀਆ ਲੱਗੀਆਂ ਵੀ ਜੋ ਗੱਲਾਂ ਕਰਦੇ ਨੇ ਹਨਾ ਕਿਉਂਕਿ ਕਈ ਨਾ ਐਵੇਂ ਅਜੀਬ ਅਜੀਬ ਜਿਹੇ ਸਵਾਲ ਪੁੱਛਣ ਲੱਗ ਜਾਂਦੇ ਨੇ ਹਨਾ ਜਿੱਦਾਂ ਉਦਾਂ ਹੋਰ ਹੀ ਪਾਸੇ ਲੈ ਜਾਂਦੇ ਨੇ ਇੰਟਰਵਿਊ ਨੂੰ ਸੋ ਆਪਾਂ ਉਹਨਾਂ ਦੇ ਵਿੱਚ ਜਿਹੜੇ ਪੁੱਛਦੇ ਨੇ ਇੰਟਰਵਿਊ ਵਾਸਤੇ ਪਹਿਲਾਂ ਉਹਨਾਂ ਦਾ ਚੈਨਲ ਦੇਖਦੇ ਹਾਂ ਆਪਾਂ ਵੀ ਕੀ ਹੈ ਨਾ ਤੱਥ ਕੀ ਹੈ ਨਾ ਚੈਨਲ ਦਾ ਕਿਸ ਆਧਾਰ 'ਤੇ ਇੰਟਰਵਿਊ ਕਰਦੇ ਨੇ ਜਿਹਦਾ ਲੱਗਦਾ ਵੀ ਜੈਨੂਨ ਅਤੇ ਫਿਰ ਉਹਨਾਂ 'ਚੋਂ ਇੱਕ ਅੱਧੇ ਨੂੰ ਹਾਂ ਕੀਤੀ ਆਪਾਂ ਕਿਉਂਕਿ ਹੋਰ ਵੀ ਕਾਫੀ ਜਣਿਆਂ ਵੱਲੋਂ ਆਏ ਹੋਏ ਨੇ ਇੰਟਰਵਿਊ ਦੀਆਂ ਕਾਲਸ ਵਗੈਰਾ ਹੋਪ ਵਧੀਆ ਨਿਕਲੇ ਇੰਟਰਵਿਊ ਅਤੇ ਤੁਸੀਂ ਜ਼ਰੂਰ ਦੇਖਿਓ ਆਉਂਦੇ ਨੇ ਤਾਂ ਤੁਹਾਨੂੰ ਵੀ ਮਿਲਾਉਂਦੇ ਕਿਹੜੇ ਆਏ ਨੇ ਹੈ ਨਾ ਇਹ ਵਲੋਗ ਸ਼ਾਇਦ ਲੰਬਾ ਹੋ ਜੇ ਦੋ ਵਲੋਗ ਮੈਂ ਇਕੱਠੇ ਕਰਕੇ ਇੱਕ ਦੋ 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 ਪਾਰਟਸ ਕਰ ਦਾਂਗਾ ਲਓ ਜੀ ਜਿਉਣਾ ਤਾਂ ਹੋ ਗਿਆ ਰੈਡੀ ਸੋਹਣੀ ਬੰਨ ਲਈ ਪੱਗ ਪਾ ਲਈ ਕਮੀਜ਼ ਉੱਧਰ ਦੇਖੋ ਮੈਡਮ ਲੱਗੇ ਨੇ ਤਿਆਰ ਹੋਣ ਵਾਲੇ ਆਹੋ ਥੋੜ੍ਹਾ ਬਹੁਤਾ ਹੀ ਹੈ ਮਾੜਾ ਜਿਹਾ ਅੱਖਾਂ ਨੂੰ ਪੈਨਸਲ ਵਾਲਾ ਸੁਰਮਾ ਲਾਉਣਾ ਹੁੰਦਾ ਬਸ ਇੱਕੋ ਹੀ ਹੈ ਕਿਰਨ ਦਾ ਮੇਕਅਪ ਕਰਨ ਦਾ ਬਸ ਪੈਨਸਲ ਵਾਲਾ ਸੁਰਮਾ ਲਾ ਲਓ ਅੱਖਾਂ ਨੂੰ ਓਕੇ ਅਤੇ ਬਾਈ ਉਹਨਾਂ ਦਾ ਵੀ ਮੈਸੇਜ ਆ ਗਿਆ ਕਿ ਅਸੀਂ ਰਸਤੇ 'ਚ ਪਹੁੰਚਣ ਵਾਲੇ ਹਾਂ ਹਾਲੇ ਆਪਾਂ ਤਿਆਰ ਤਿਉਰ ਨਹੀਂ ਹੋਏ ਮਤਲਬ ਮੈਂ ਤਾਂ ਹੋ ਗਿਆ ਕਿਰਨ ਥੋੜ੍ਹਾ ਬਹੁਤਾ ਦੌੜੇ ਦੌੜੇ ਫਿਰਦੇ ਨੇ ਇੱਧਰ ਉੱਧਰ ਬਸ ਬਸ ਆਲਮੋਸਟ ਰੈਡੀ ਹਾਂ ਅਤੇ ਹੁਣ ਬਾਈ ਉਹਨਾਂ ਦੀ ਵੇਟ ਕਰਦੇ ਹਾਂ ਕੀ ਹੋਇਆ ਨੀਂਦ ਆਉਣ ਲੱਗ ਗਈ ਸੋ ਜਾਓ ਫਿਰ 11:15 ਤੋਂ ਉੱਪਰ ਹੋ ਗਿਆ
ਚੱਲ ਕੋਈ ਨਹੀਂ ਆ ਜਾਣਗੇ ਹੁਣੇ ਤੇ ਆ ਵੇਖੋ ਕਿੱਦਾਂ ਬਹਿ ਜਾਂਦੇ ਆ ਇੰਟਰਵਿਊ ਦੇਣ ਵੱਡੇ ਸੈਲੀਬ੍ਰਿਟੀ ਨੋਰਮਲ ਜੇ ਇਨਸਾਨ ਨੋਰਮਲ ਨੋਰਮਲ ਗੱਲਾਂ ਨੋਰਮਲ ਜੇ ਇੰਟਰਵਿਊ ਫੀਲਿੰਗ ਆਉਂਦੀ ਹੈ ਥੋੜ੍ਹੀ ਥੋੜ੍ਹੀ ਜ਼ਿਆਦਾ ਫੀਲਿੰਗ ਸਾਡੀ ਕੋਈ ਇੰਟਰਵਿਊ ਕਰਦਾ ਆਪਾਂ ਨਾ ਕੀ ਕਰਾਂਗੇ ਆਪਾਂ ਵੀ ਟਰਾਈਪੋਡ 'ਤੇ ਲਗਾ ਦਾਂਗੇ ਆਪਾਂ ਵੀ ਨੋਟ ਰਿਕਾਰਡ ਕਰਾਂਗੇ ਸਾਰੀ ਅਤੇ ਥੋੜ੍ਹੀ ਜਿਹੀ ਕਲਿੱਪ ਪਾਵਾਂਗੇ ਵਿੱਚ ਅਤੇ ਤੁਹਾਨੂੰ ਦਿਖਾਵਾਂਗੇ ਇੰਟਰਵਿਊ ਜ਼ਰੂਰ ਦੇਖਿਓ ਜਦੋਂ ਆਊਗੀ ਤੁਹਾਨੂੰ ਪੂਰੀ ਦੱਸਾਂਗੇ ਬਾਈ ਹੁਣੇ ਆਉਂਦੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਦੇ ਹਾਂ ਵੇਟ ਹੀ ਕਰ ਰਹੇ ਬੈਠੇ ਪੱਕ ਕੇ ਹੁਣ ਤਾਂ ਵੈਸੇ ਬੈਠੇ ਬੈਠੇ ਕਦੇ ਵੀ ਐਸੇ ਨਾ ਜਿਹੜੇ ਟਾਈਮ ਦਿੰਦੇ ਆ ਪੂਰੇ ਟਾਈਮ 'ਤੇ ਨਹੀਂ ਆਉਂਦੇ ਹੈ ਨਾ ਚੱਲ ਕੋਈ ਨਹੀਂ ਟ੍ਰੈਫਿਕ ਵੀ ਬਹੁਤ ਹੁੰਦੀ ਹੈ ਨਾ ਬਾਰਿਸ਼ ਵੀ ਪੈ ਰਹੀ ਹੈ ਰਸਤੇ ਤੁਹਾਨੂੰ ਪਤਾ ਹੀ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਬੱਤੀਆਂ ਬੁੱਤੀਆਂ ਹੋਈਆਂ ਹੁੰਦੀਆਂ ਨੇ ਬਸ ਬਣ ਜਾਂਦਾ ਮਾਹੌਲ ਚਲੋ ਕਰਦੇ ਵੇਟ ਛੱਤਰ ਚੱਲੇ ਆਪਾਂ ਬਾਈ ਹੁਣੇ ਪਰ ਅੱਜ ਉਹ ਜੋੜੇ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਮੁਲਾਕਾਤ ਵੀ ਇਸ ਤਰੀਕੇ ਨਾਲ ਕਰਾਵਾਂਗੇ ਕਿ ਅਕਸਰ ਤਾਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਗੱਲਾਂ ਸਾਰੀਆਂ ਤੁਸੀਂ ਸੁਣਦੀਆਂ ਹੋਣੀਆਂ ਦੇਖੋ ਜੀ ਸੰਘਰਸ਼ ਤਾਂ ਇਨਸਾਨ ਦਾ ਸਾਰੀ ਜ਼ਿੰਦਗੀ ਚੱਲਦਾ ਹੀ ਰਹਿੰਦਾ ਸੰਘਰਸ਼ ਕਦੇ ਨਹੀਂ ਖਤਮ ਹੁੰਦਾ ਇਨਸਾਨ ਜਿੱਦਾਂ ਜਿੱਦਾਂ ਲਾਈਫ ਅੱਗੇ ਵਧਦੀ ਰਹਿੰਦੀ ਹੈ ਸੰਘਰਸ਼ ਨਾਲ ਹੀ ਚੱਲਦਾ ਲਓ ਜੀ ਬਾਈ ਹੁਰੇ ਚਲੇ ਗਏ ਇੰਟਰਵਿਊ ਲੈ ਲਈ ਬਾਈ ਹੁਣਾਂ ਨੇ ਬਹੁਤ ਵਧੀਆ ਰਿਹਾ ਇੰਟਰਵਿਊ ਦਾ ਉਹਨਾਂ ਦਾ ਚੈਨਲ ਸੀ ਘੈਂਟ ਪੰਜਾਬੀ ਅਤੇ ਜਿਨ੍ਹਾਂ ਨੇ ਘੈਂਟ ਪੰਜਾਬੀ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹਨੂੰ ਕਰ ਲਿਓ ਉਸ 'ਤੇ ਸਾਡੀ ਇੰਟਰਵਿਊ ਆ ਜਾਏਗੀ ਕੱਲ੍ਹ ਇੱਕ ਦੋ ਦਿਨ 'ਚ ਵੈਸੇ ਜਿਸ ਟਾਈਮ ਤੁਸੀਂ ਬਲੌਗ ਦੇਖ ਰਹੇ ਹੋ ਸ਼ਾਇਦ ਅੱਜ ਕੱਲ੍ਹ 'ਚ ਆ ਵੀ ਗਈ ਹੋਵੇ ਮੈਂ ਲਿੰਕ ਇਹਦੇ 'ਚ ਆ ਗਈ ਹੋਈ ਤਾਂ ਮੈਂ ਨੀਚੇ ਇਹਦੇ ਡਿਸਕ੍ਰਿਪਸ਼ਨ 'ਚ ਲਿੰਕ ਪਾ ਦਾਂਗਾ ਇੰਟਰਵਿਊ ਦੇਖ ਲਿਓ ਬੜੀ ਵਧੀਆ ਸੀ ਥੋੜ੍ਹੀ ਇਮੋਸ਼ਨਲ ਵੀ ਸੀ ਸੱਚੀਆਂ ਗੱਲਾਂ ਕੀਤੀਆਂ ਆਪਾਂ ਕਿਉਂਕਿ ਤੁਹਾਨੂੰ ਪਤਾ ਆਪਾਂ ਸੱਚੀਆਂ ਗੱਲਾਂ ਕਰਦੇ ਹਾਂ ਫੇਕ ਗੱਲਾਂ ਕਰਦੇ ਹੀ ਨਹੀਂ ਜੋ ਹੈ ਉਹ ਹੈ ਥੋੜ੍ਹੀ ਇਮੋਸ਼ਨਲ ਹੋ ਗਈ ਸੀ ਇੰਟਰਵਿਊ ਅਤੇ ਕੋਈ ਗੱਲ ਨਹੀਂ ਦੇਖੋ ਤੁਸੀਂ ਇੰਜੋਏ ਕਰੋ ਹੁਣ ਰੋਟੀ ਰੋਟੀ ਖਾ ਕੇ ਆਪਾਂ ਕੰਮ ਕਰੀਏ ਕਿਉਂਕਿ ਫਿਰ ਮੇਰੀ ਕਲਾਸਿਸ ਨੇ ਦੋ ਕਲਾਸਾਂ ਲੈਣੀਆਂ ਜ਼ਰੂਰੀ ਫਿਰ ਆਪਾਂ ਉਸ ਤੋਂ ਬਾਅਦ ਗੱਲਾਂ ਕਰਦੇ ਹਾਂ ਠੀਕ ਹੈ ਕਿਰਨ ਕਿਵੇਂ ਤੇਰੀ ਇੰਟਰਵਿਊ ਵਧੀਆ ਨਹੀਂ ਕੈਂਟ ਸੀ ਵਧੀਆ ਬੋਲੇ ਤੁਸੀਂ ਮੈਂ ਤਾਂ ਘੱਟ ਹੀ ਬੋਲੀ ਸੀ ਮੈਨੂੰ ਨਹੀਂ ਬੋਲਿਆ ਜਾਂਦਾ ਮੈਂ ਆਪਣੇ ਵੇਲੇ ਫੋਨ ਤੇ ਫਿਰ ਵੀ ਬੋਲ ਨਹੀਂ ਥੋੜਾ ਬਹੁਤ ਹਾਂ ਨਾ ਹਾਂ ਜਿਵੇਂ ਸਾਹਮਣੇ ਵੀ ਬੋਲਿਆ ਜਾਂਦਾ ਚਲੋ ਇਹ ਝਾਕਾ ਵੀ ਤੁਹਾਡਾ ਦੂਰ ਕਰਾਂਗੇ ਵਧੀਆ ਬੋਲੇ ਤੁਸੀਂ ਵੀ ਬਹੁਤ ਵਧੀਆ ਬੋਲੇ ਸੱਚੀ ਬਾਕੀ ਜਿਹੜਾ ਤੁਸੀਂ ਕੱਲ੍ਹ ਵਲੋਗ ਦੇਖਿਆ ਸੀ ਪੈਰਲਲ ਯੂਨੀਵਰਸ ਵਾਲਾ ਉਹਦੇ ਬਾਰੇ ਤੁਸੀਂ ਬਹੁਤ ਕੁਸ਼ਚਨ ਕੀਤੇ ਨੇ ਬਾਕੀ ਸੱਚੀ ਮੈਂ ਉਹਦੇ ਬਾਰੇ ਡਿਟੇਲ ਵਿੱਚ ਦੱਸੂੰਗਾ ਜਿੰਨਾ ਕੁ ਮੈਨੂੰ ਪਤਾ ਹੈ ਕਿਉਂਕਿ ਇਹ ਥਿਊਰੀ ਹੁੰਦੀ ਹੈ ਇਹ ਕਨਫਰਮਡ ਨਹੀਂ ਹੁੰਦਾ ਇੱਕ ਥਿਊਰੀਜ਼ ਹੁੰਦੀਆਂ ਨੇ ਥਿਊਰੀਜ਼ ਕਿੰਨੀਆਂ ਕੁ ਸੱਚੀਆਂ ਹੁੰਦੀਆਂ ਨੇ ਇਹ ਤਾਂ ਰੱਬ ਜਾਣਦਾ ਕਿਉਂਕਿ ਪਰਮਾਤਮਾ ਤੋਂ ਵੱਡਾ ਕੁਛ ਵੀ ਨਹੀਂ ਗਾ ਫਿਰ ਵੀ ਆਪਾਂ ਇਹਦੇ ਬਾਰੇ ਪੜ੍ਹਾਂਗੇ ਵਾਈਬਸ ਨੈਗਟਿਵ ਵਾਈਬ ਪੋਜ਼ਿਟਿਵ ਵਾਈਬ ਇਹਦਾ ਤਾਂ ਫਰਕ ਹੁੰਦਾ ਸੱਚੀ ਔਰਾ ਬਣਿਆ ਹੁੰਦਾ ਜਿੰਨਾ ਤੁਸੀਂ ਪੋਜ਼ਿਟਿਵ ਰਹੋਗੇ ਉਨਾ ਪੋਜ਼ਿਟਿਵ ਕੰਮ ਹੋਣਗੇ ਸੋ ਪੋਜ਼ਿਟਿਵਿਟੀ ਦੇ ਨਾਲ ਵੇਟ ਕਰੋ ਆਪਾਂ ਸ਼ਾਮ ਨੂੰ ਗੱਲ ਕਰਦੇ ਹੁਣ ਥੋੜ੍ਹਾ ਮੈਂ ਕਲਾਸਾਂ ਕਲੂਸਾਂ ਲਾ ਲਾ